ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਾਰੇ ਇੱਕੋ ਸਿੱਖ ਦੇ ਵਲੰਟੀਅਰਸ ਅੱਜ ਇੱਥੇ ਇਕੱਠੇ ਹੋਏ ਹਾਂ। 25 ਫਰਵਰੀ ਨੂੰ ਜੋ ਸਾਡਾ ਵਲੰਟੀਅਰ ਇੰਡਕਸ਼ਨ ਡੇ ਹੋਇਆ ਸੀ, ਉੱਥੇ ਪੰਜਾਬ ਭਰ 'ਚ ਸਾਡੀਆਂ 10 ਤੋਂ 11 ਨਵੀਆਂ ਟੀਮਸ ਬਣੀਆਂ। ਅਤੇ ਇਸ ਸਾਲ ਦੇ ਅਗਲੇ ਆਉਣ ਵਾਲੇ ਇਵੈਂਟਸ, ਜਿਨ੍ਹਾਂ 'ਚ ਗੁਰੂ ਹਰਿਰਾਏ ਸਾਹਿਬ ਬੂਟਾ ਲਹਿਰ, ਰੁੱਖ ਲਗਾਓ ਲਹਿਰ ਅਤੇ ਗ੍ਰੀਨ ਦੀਵਾਲੀ ਕੈਂਪੇਨ ਅਤੇ ਹੋਰ ਜਿਹੜੇ ਆਉਣ ਵਾਲੇ ਕੈਂਪੇਨਸ ਨੇ, ਉਹਨਾਂ ਬਾਰੇ ਜੋ ਅੱਗੇ ਟਾਰਗੇਟਸ ਦਿੱਤੇ ਜਾਣੇ ਟੀਮਸ ਨੂੰ, ਉਹਨਾਂ ਬਾਰੇ ਡਿਸਕਸ਼ਨਸ ਹੋਈਆਂ। ਆਉਣ ਵਾਲੇ ਜਿਹੜੇ ਕੈਂਪੇਨਸ ਦੇ ਵਿੱਚ ਜੋ ਜੋ ਅਸੀਂ ਕੰਮ ਕਰਨੇ ਆ, ਉਹਦੇ ਬਾਰੇ ਜੋ ਜੋ ਫੰਕਸ਼ਨਸ ਅਸੀਂ ਕਰਨੇ ਆ, ਜੋ ਇਵੈਂਟਸ, ਸੈਮੀਨਾਰਸ, ਅਸੀਂ ਅਵੇਅਰਨੈਸ ਕੈਂਪਸ ਲਗਾਉਣੇ ਆ, ਉਹਨਾਂ ਲਈ ਕਾਫੀ ਫੈਸਲੇ ਲਏ ਗਏ ਨੇ। ਅਤੇ ਜਿਹੜੇ ਸਾਡੇ ਨਵੇਂ ਜੁੜੇ ਟੀਮ ਮੈਂਬਰਸ, ਇਹ ਉਹਨਾਂ ਨੂੰ ਆਉਣ ਵਾਲੇ ਟਾਈਮ 'ਚ ਦੱਸੇ ਜਾਣਗੇ ਅਤੇ ਇੱਕੋ ਸਿੱਖ ਵਾਸਤੇ ਅੱਗੇ ਐਕਸਪੈਂਸ਼ਨ ਲਈ ਬਹੁਤ ਵਧੀਆ ਕਦਮ ਚੁੱਕੇ ਜਾਣਗੇ। ਆਪਣਾ ਕੰਟਰੀਬਿਊਸ਼ਨ ਉਹਦੇ ਵਿੱਚ ਕਿਵੇਂ ਕਰਨਾ ਹੈ, ਕਿਵੇਂ ਅਸੀਂ ਅਵੇਅਰਨੈਸ ਕ੍ਰੀਏਟ ਕਰਨੀ ਹੈ, ਉਹਦੇ ਬਾਰੇ ਗੱਲਬਾਤ ਕੀਤੀ ਹੈ। ਮੈਨੂੰ ਬਹੁਤ ਖੁਸ਼ੀ ਹੈ ਕਿ ਦੈਟ ਆਈ ਐਮ ਦ ਪਾਰਟ ਆਫ ਦ ਈਕੋ ਸਿੱਖ। ਇਹ ਜਿਹੜਾ ਪਾਰਟ ਹੈ ਸਾਨੂੰ ਸਾਡੇ ਗੁਰੂ ਸਾਹਿਬ, ਧੰਨ ਗੁਰੂ ਹਰਿਰਾਏ ਸਾਹਿਬ ਤੋਂ ਮਿਲਿਆ, ਅਤੇ ਮੈਨੂੰ ਬਹੁਤ ਖੁਸ਼ੀ ਹੈ ਕਿ ਇਹਦੇ ਵਿੱਚ ਜੁੜ ਕੇ ਮੈਂ ਆਪਣੇ ਸਮਾਜ ਲਈ ਅਤੇ ਵਾਤਾਵਰਨ ਲਈ ਕੁਝ ਕਰ ਸਕਦਾ ਹਾਂ। ਆਪਣੇ ਰੁਝੇਵਿਆਂ ਤੋਂ ਨਿਕਲ ਕੇ ਸਮਾਜ ਪੱਖੀ ਕੁਝ ਕੰਮ ਕਰ ਸਕਦੇ ਹਾਂ, ਅਤੇ ਇਸ ਵਿੱਚ ਈਕੋ ਸਿੱਖ ਦਾ ਬਹੁਤ ਵੱਡਾ ਯੋਗਦਾਨ ਹੋ ਗਿਆ। ਅਸੀਂ ਪਿੱਛੇ ਕਿਚਨ ਗਾਰਡਨਿੰਗ ਦੀ ਵਰਕਸ਼ਾਪ ਲਗਾਈ ਹੈ, ਗਰੋ ਯੋਰ ਓਨ ਫੂਡ, ਅਤੇ ਇਹਦਾ ਸਾਨੂੰ ਬਹੁਤ ਅੱਛਾ ਫੀਡਬੈਕ ਵੀ ਮਿਲਿਆ, ਅਤੇ ਬੜੇ ਲੋਕ ਇੰਸਪਾਇਰ ਹੋ ਕੇ ਕਿਚਨ ਗਾਰਡਨਿੰਗ ਕਰਨ ਦੀ ਉਹਨਾਂ ਨੇ ਸਟਾਰਟ ਕਰ ਦਿੱਤੀ ਹੈ। ਅਤੇ ਅੱਗੇ ਵੀ ਅਸੀਂ ਇੱਦਾਂ ਹੀ ਚਾਹੁੰਦੇ ਹਾਂ ਕਿ ਸਾਰੇ ਆਪਣਾ ਖਾਣਾ ਖੁਦ ਉਗਾਉਣ ਅਤੇ ਪੈਸਟੀਸਾਈਡ ਫਰੀ ਫੂਡ ਅਸੀਂ ਖਾ ਸਕੀਏ। ਸਭ ਤੋਂ ਵੱਡੀ ਗੱਲ ਇਹ ਹੈ ਕਿ ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਨੂੰ ਮੰਨਦਿਆਂ ਹੋਇਆਂ ਸਾਡੀ ਟੀਮ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਵੀਰਾਂ ਦੇ ਨਾਲ ਨਾਲ ਬਹੁਤ ਜ਼ਿਆਦਾ ਭੈਣਾਂ ਵੀ ਨਾਲ ਜੁੜੀਆਂ ਨੇ, ਵਿਚ ਇਜ਼ ਸੱਚ ਐਨ ਐਮਪਾਵਰਮੈਂਟ, ਕਿਉਂਕਿ ਇਹ ਮਾਤਾ ਧਰਤ ਦੇ ਸਬਜੈਕਟ ਦਾ ਪ੍ਰੋਜੈਕਟ ਹੈ। ਸੋ ਭੈਣਾਂ ਦਾ, ਮਾਵਾਂ ਦਾ ਇਹਨਾਂ 'ਚ ਹੋਣਾ ਸਾਡੀ ਆਉਣ ਵਾਲੀ ਪਨੀਰੀ ਅਤੇ ਅਰਥ ਦੀ ਜਿਹੜੀ ਬੈਨੀਫਿਟ ਲਈ, ਇਹਦੇ ਫਿਊਚਰ ਲਈ ਬਹੁਤ ਜ਼ਰੂਰੀ ਹੈ। ਅਤੇ ਦੁਨੀਆ ਵਿੱਚ ਜਿੱਥੇ ਵੀ ਤੁਸੀਂ ਬੈਠੇ ਹੋ, ਈਕੋ ਸਿੱਖ ਦੀ ਸਾਡੀ ਐਕਟੀਵਿਟੀਜ਼ ਦੇਖ ਰਹੇ ਹੋ, ਭੈਣਾਂ ਨੂੰ ਖਾਸ ਕਰਕੇ ਬੇਨਤੀ ਹੈ ਕਿ ਇਸ ਪ੍ਰੋਜੈਕਟ ਨੂੰ ਅੱਗੇ ਲੈ ਕੇ ਜਾਓ, ਅਤੇ ਆਉਣ ਵਾਲੇ ਸਮੇਂ 'ਚ ਮਾਤਾ ਧਰਤ ਦੀ ਅਸੀਂ ਸੰਭਾਲ ਹੋਰ ਵਧੇਰੇ ਸੋਹਣੇ ਤਰੀਕੇ ਨਾਲ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।